ਨਾਮ ਮੈਂ ਦੱਸਦਾ ਕਿ ਹਜ਼ਰਤ ਪੀਰ ਬੁੱਲੇ ਸ਼ਾਹ ਜੀ ਜਨਾਬ ਤੇ ਪੀਰ ਕਿਉਂ ਨਾਰਾਜ਼ ਹੋਏ। ਇਸ ਵਾਸਤੇ ਸ਼ਾਹਣਾਏ ਦੇ ਲੜਕੇ ਦੀ ਹਜ਼ਰਤ ਪੀਰ ਬੁੱਲੇ ਸ਼ਾਹ ਤੋਂ ਪੇਸ਼ਵਾਈ ਨਹੀਂ ਹੋਈ ਸੀ। ਇਸੀ ਗੱਲੋਂ ਮੇਲੇ ਵਿੱਚ ਸਭ ਮੁਰੀਦ ਆਏ ਗਏ। ਜਿਸਲੇ ਹਜ਼ਰਤ ਪੀਰ ਬੁੱਲੇ ਸ਼ਾਹ ਲੰਘਣ ਲੱਗੇ, ਸ਼ਾਹਣਾਏ ਨੇ ਫਰਮਾਇਆ, ਬਸ ਬੁੱਲਿਆ ਤੂੰ ਮੇਰੇ ਦਰਬਾਰ ਵਿੱਚ ਨਾ ਬਣੀ। ਹਜ਼ਰਤ ਪੀਰ ਬੁੱਲੇ ਸ਼ਾਹ ਦੀਆਂ ਅੱਖਾਂ ਵਿੱਚ ਆਸੂ ਆ ਗਏ। ਅਰਜ਼ ਕੀਤੀ, ਜੇ ਮੈਂ ਰੁੱਸਾਂ ਜੇ ਮੈਂ ਆਪੇ ਮੁੱਸਾਂ, ਮੇਰਾ ਰੋਸਾ ਕਿਸੇ ਨਾ ਕੰਮ ਦਾ। ਹਜ਼ਰਤ ਪੀਰ ਬੁੱਲੇ ਸ਼ਾਹ ਦਿੱਲੀ ਸ਼ਰੀਫ ਹਜ਼ਰਤ ਖਾਜਾ ਕੁਦਰਤ ਦੇ ਸ਼ਹਿਰ ਚਲੇ ਗਏ। ਫਿਰਦੇ ਫਿਰਦੇ ਕੰਜਰਾਂ ਦੇ ਘਰ ਜਾ ਕੇ ਨੌਕਰ ਹੋ ਗਏ। ਮੈਂ ਸਦਕੇ ਜਾਵਾਂ ਇਸ਼ਕ ਤੋਂ ਜਿਨ ਆਲੇ ਨਬੀ ਔਲਾਦ ਅਲੀ ਸੈਯਦ ਕੰਜਰਾਂ ਦੇ ਨੌਕਰ ਹੋ ਗਏ। ਜਿਲੋ ਸਾਲ ਹੋ ਗਿਆ ਜਨਾਬ, ਸ਼ਾਹ ਇਨਾਇਤ ਦਾ ਉਰਸ ਨਜ਼ਦੀਕ ਆ ਗਿਆ ਤੇ ਪੀਰ ਬੁੱਲੇ ਸ਼ਾਹ ਨੇ ਉਹਨਾਂ ਕੰਜਰੀਆਂ ਨੂੰ ਆਖਿਆ, ਮੇਰੇ ਪੀਰਾਂ ਦਾ ਉਰਸ ਬਿਲਕੁਲ ਨਜ਼ਦੀਕ ਆ ਗਿਆ, ਮੇਰੇ ਨਾਲ ਚੱਲੋ, ਤੁਹਾਡੀਆਂ ਚੋਲੀਆਂ ਦੌਲਤ ਨਾਲ ਭਰ ਜਾਣੀਆਂ ਤੇ ਮੈਨੂੰ ਦੀਦਾਰ ਹੋ ਜਾਓ। ਕੰਜਰੀਆਂ ਨੂੰ ਨਾਲ ਲੈ ਕੇ ਹਜ਼ਰਤ ਪੀਰ ਬੁੱਲੇ ਸ਼ਾਹ ਜਦੋਂ ਲਾਹੌਰ ਆਏ, ਸ਼ਾਹਣਾਏ ਦਾ ਮੇਲਾ ਬੜਿਆ ਜ਼ੋਰਾਂ ਤੇ, ਕਵਾਲ ਨਕਾਲ ਕੰਜਰੀਆਂ ਵਾਰ ਵਾਰੀ ਗਾਉਂਦੀਆਂ ਜਾਣ। ਜਦੋਂ ਦਿੱਲੀ ਦੀ ਕੰਜਰੀਆਂ ਦੀ ਵਾਰੀ ਆਈ, ਹਜ਼ਰਤ ਪੀਰ ਬੁੱਲੇ ਸ਼ਾਹ ਨੇ ਸਾਵੇ ਸੂਹੇ ਕੱਪੜੇ ਪਾਏ, ਪੈਰੀ ਘੁੰਗਰੂ ਬੰਨੇ, ਜਾ ਕੇ ਸਜਦਾ ਕਰਕੇ ਅਰਜ਼ ਕੀਤੀ, ਹਜ਼ੂਰ ਮੈਨੂੰ ਵੀ ਟਾਈਮ ਦਿਓ, ਮੈਂ ਵੀ ਗਾਉਣ ਵਾਸਤੇ ਆਈ ਹਾਂ। ਸ਼ਾਹ ਰਾਇਤ ਨੇ ਪਹਿਚਾਣਿਆ ਨਹੀਂ ਕਿ ਬੁੱਲਾ ਏ, ਆਪਣੇ ਪੁੱਛਿਆ ਕਿੱਥੋਂ ਆਈ ਹਾਂ। ਹਜ਼ਰਤ ਬੁੱਲੇ ਸ਼ਾਹ ਕਹਿੰਦੇ, ਹਜ਼ੂਰ ਮੈਂ ਕਸੂਰ ਆਈ ਹਾਂ। ਕਸੂਰ ਦਾ ਨਾਂ ਸੁਣ ਕੇ ਸ਼ਾਹ ਰਾਇਤ ਨੂੰ ਬੁੱਲਾ ਯਾਦ ਆ ਗਿਆ। ਆ ਫਰਮਾਉਣ ਲੱਗੇ, ਤੂੰ ਮੇਰੇ ਬੁੱਲੇ ਦੀ ਸ਼ਹਿਰ ਦੀਆਂ ਜਾ, ਸਾਰਿਆਂ ਨਾਲੋਂ ਬਹੁਤਾ ਗਾਲਾ। ਹਜ਼ਰਤ ਪੀਰ ਬੁੱਲੇ ਸ਼ਾਹ ਦੇ ਪਿਛਲੇ ਪਾਸੇ ਹਜ਼ਰਤ ਪੀਰ ਬੁੱਲੇ ਸ਼ਾਹ ਦਾ ਬਾਪ ਖਲੋਤਾਇਆ ਸੀ। ਆ ਕਹਿਣ ਲੱਗਾ, ਬੁੱਲਿਆ ਸ਼ਰਮ ਨਹੀਂ ਆਉਂਦੀ, ਕੀ ਸਬਾਬੇ ਤੇਰੇ ਨੱਚਣੇ ਦਾ। ਸੈਯਦ ਹੋ ਕੇ ਅਰਾਈ ਅੱਗੇ ਨੱਚਣਾ, ਹਜ਼ਰਤ ਬੁੱਲੇ ਸ਼ਾਹ ਆਪਣੇ ਬਾਪ ਨੂੰ ਕਹਿੰਦੇ, ਮੈਂ ਦੱਸਾਂ ਬੁੱਲੇ ਨੱਚਣੇ ਦਾ ਦੱਸੋ ਕੀ ਸਬਾਬ ਹੋ ਗਿਆ।
ਕਿਤੇ ਗੱਲ ਚੋਂ ਦੱਸ ਵੀ ਮਾਲਾ ਮੌਤ ਦੀ ਅਲਫੀ ਬਹਮਣ ਦੇ
बहुत।